ਤੁਸੀਂ ਮੇਰੇ ਪਿਆਰੇ ਵੀਰ ਜਿਨ੍ਹਾਂ ਨੇ ਬੜੇ ਹੀ ਵਜਬ 'ਚ ਬਹੁਤ ਹੀ ਪਿਆਰ ਦੇ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ ਹੈ, ਸ਼ਬਦਾਂ ਦੀ ਚੋਣ ਬਹੁਤ ਬਾ ਕਮਾਲ, ਸਤਿਗੁਰੂ ਮਿਹਰ ਕਰਨ ਇਹ ਪਿਆਰ ਕਰਦੇ ਨੇ। ਪਿਆਰ ਉਹ ਹੀ ਕਰ ਸਕਦਾ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸਿਆ ਹੋਵੇ। ਅਤੇ ਧੰਨ ਕਲਗੀਧਰ ਸ਼ਹਿਨਸ਼ਾਹ ਕਹਿੰਦੇ ਨੇ ਕਿ ਭਲਿਆ ਤੂੰ ਪਿਆਰ ਦੀ ਬੰਦਗੀ ਕਰ ਲੈ, ਤੈਨੂੰ ਰੱਬ ਮਿਲ ਜਾਏਗਾ। ਸਾਚ ਕਹੋ ਸੁਣ ਲੈ ਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਈ ਕਨ੍ਹਈਆ ਜੀ ਨੇ ਪ੍ਰੇਮ ਕੀਤਾ, ਐਸਾ ਪ੍ਰੇਮ ਕੀਤਾ ਕਿ ਉਹਨੂੰ ਦੁਸ਼ਮਣ ਵਿੱਚੋਂ ਵੀ ਕਲਗੀਧਰ ਸ਼ਹਿਨਸ਼ਾਹ ਦੇ ਦੀਦਾਰ ਹੁੰਦੇ ਸੀ। ਇਹ ਪ੍ਰੇਮ ਦੀਆਂ ਖੇਡਾਂ ਨੇ। ਸਤਿਗੁਰੂ ਮਿਹਰ ਕਰਨ, ਆਓ ਸਾਰੇ ਰਲ ਮਿਲ ਕੇ ਉਸੇ ਪ੍ਰੇਮ 'ਚ ਰੰਗੀ ਜਾਈਏ ਜੋ ਪ੍ਰੇਮ ਕਲਗੀਧਰ ਸ਼ਹਿਨਸ਼ਾਹ ਸਾਨੂੰ ਕਰਦੇ ਨੇ। ਜੋ ਵੀ ਪਿੱਛੇ ਅਸੀਂ ਗੁਨਾਹ ਕੀਤੇ, ਗਲਤੀਆਂ ਕੀਤੀਆਂ, ਉਹਦੀ ਅੱਜ ਤੋਂ ਹੀ ਮੁਆਫ਼ੀ ਮੰਗ ਕੇ ਅੱਜ ਅੰਮ੍ਰਿਤ ਸੰਚਾਰ ਹੋਇਆ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਹੈ। ਜਿਨ੍ਹਾਂ ਦਾ ਅਜੇ ਵੀ ਮਨ ਨਹੀਂ ਬਣਿਆ ਭਲਿਓ, ਆਓ ਅਰਦਾਸ ਕਰੀਏ ਸਤਿਗੁਰੂ ਇਹ ਦਾਤ ਬਹੁਤ ਅਮੋਲਕ ਅਤੇ ਬਹੁਤ ਵੱਡੀ ਹੈ, ਤੁਸੀਂ ਕਿਰਪਾ ਕਰੋ ਆਗੈ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਕਿ ਸਤਿਗੁਰੂ ਹੁਣ ਆਪਣੇ ਚਰਨੀ ਅਤੇ ਆਪਣੇ ਗੱਲ ਨਾਲ ਲਾ ਲਓ। ਆਓ ਇਹੀ ਸ਼ਬਦ ਪੜ੍ਹਦੇ ਹਾਂ, ਕੋਈ ਵੀ ਰਸਨਾ ਵਜਰਾ ਜੈ ਸਾ ਪਾਲਕ ਪਾਏ ਸੋ ਪਾਈ ਲੱਖ ਅਪਰਾਧ ਕਮਾਵੇ ਕਰ ਉਪਦੇ ਬਹੁਰ ਨਾ ਪੋਜਲ ਫੇਰਾ
ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਪ੍ਰਭ ਅੱਗੇ ਮਾਰਗ ਪਾਵੇ ਅੱਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬਾਚੇ ਜੋ
ਸਤਿਗੁਰ ਮਿਲਿਆ
ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਸਾਰਿਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ,
ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਹੀਂ ਉਤਰੇ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਵਾ ਬਿਨ ਦਰਸ਼ਨ ਸੰਤ ਸੰਤ ਮਿਲਾਇਆ ਗੁਰ ਸੰਤ ਮਿਲਾਇਆ ਪਾਗ ਗੋਵਾ ਗੁਰ ਸੰਤ ਮਿਲਾਇਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ
ਪੰਜ ਪਿਆਰੇ ਸਹਿਬਾਨ ਆਏ ਨੇ, ਉਹਨਾਂ ਦੀ ਆਮਦ ਦੇ ਵਿੱਚ ਸੰਗਤ ਵਿੱਚੋਂ ਵੀ ਜੁਕਾਰੇ ਬੁਲੰਦ ਕਰੋ ਜੀ। ਜਿਨ੍ਹਾਂ ਨੇ ਅੰਮ੍ਰਿਤਪਾਨ ਕੀਤਾ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਹੈ। ਆਓ ਫਿਰ ਜੁਕਾਰਾ ਬੁਲੰਦ ਕਰੀਏ। ਬੋਨੇ ਪਾ
ਇਸਨਾ ਵਾਂਝੀ ਨਾ ਰਵੇ। ਵਾਹਿਗੁਰੂ 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 ਵਾਹਿਗੁਰੂ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ। ਸੁਣ ਮਨ ਮਿੱਤਰ ਅੰਮ੍ਰਿਤ ਪਾਨ ਕਰੋ ਸਾਧ ਸੰਗ
ਇਹ ਮਨੁੱਖਾ ਦੇਹੀ ਦਾ ਸਭ ਤੋਂ ਪ੍ਰਥਮ ਮਨੋਰਥ ਹੈ ਖੰਡੇ ਬਾਟੇ ਦੀ ਪੌਲ ਛੱਕ ਕੇ ਧੰਨ ਕਲਗੀਧਰ ਸ਼ਹਿਨਸ਼ਾਹ ਦੇ ਧੀਆਂ ਪੁੱਤਰ ਬਣਨਾ। ਕਿਉਂਕਿ ਸਤਿਗੁਰੂ ਨੇ ਸਾਡੇ 'ਤੇ ਵਿਸ਼ਵਾਸ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਹੋਊਗਾ ਜੀਵਤ ਕਈ ਹਜ਼ਾਰ, ਇਹ ਲਾਹਾ ਲੈਣਾ ਹੈ, ਖੰਡੇ ਬਾਟੇ ਦੀ ਪੌਲ ਛੱਕਣੀ ਹੈ।
ਨਾਨਕ ਦਾਸ ਤੁਮਾਰੇ ਜੀਓ, ਜਨ ਨਾਨਕ ਦਾਸ ਤੁਮਾਰੇ ਜੀਓ, ਭਾਗ ਗੋਆ ਗੁਰਸੰਤ ਮਿਲਾਇਆ, ਗੁਰਸੰਤ ਖਾਲਸਾ ਮੇਰੀ ਜਾਨ ਕੀ ਜਾਨ, 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 ਖਾਲਸਾ ਮੇਰੀ ਜਾਨ, ਮੇਰੀ
सदा पजो जगदीस
सदा भजो जग हम बैठे तुम देगो असीसा तुम राजा राजन के तुम राजा राजन के ईसा तुम राजा तुम हो सब राजन के राजा आपे सतनाम वाहिगुरु हम बैठे तुम देहो असीसा हो धन कलगीधर शहनशाह तो असीस मंगी सतगुरु पिछली उम्र गुनाही बीती हर की भगत ना कीती सतगुरु मेहर कर दियो तुसी बख्शन हारे हो सानू बख्श के असीस बख्शो कि अमृत दी दात ਸਾਡੀ ਵਿਛੋੜੀ ਪਵੇ ਆਓ ਪੰਜ ਕੁ ਮਿੰਟ ਦਾ ਸਮਾਂ ਦੱਸਦਾ ਬਾਕੀ ਹੈ ਅਸੀਂ ਪੂਰੇ ਸਮੇਂ ਸਿਰ ਸਮਾਪਤੀ ਕਰਾਂਗੇ ਸਾਰਿਆਂ ਨੇ ਮਿਲ ਕੇ ਜਪਣਾ ਹੈ ਜੀ ਹਮ ਬੈਠੇ ਤੁਮ ਦੇਹੋ ਅਸੀਂ ਸਾਂ ਕਰਿਓ ਕਿਰਪਾ ਸਾਰੇ ਹਮ ਬੈਠੇ ਤੁਮ ਦੇਹੋ ਅਸੀਂ राजन के ईसा हम बैठे तुम देवो सीसा जो हम बैठे ਤੇ ਗੋਸ
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਹਿਮਤ ਕਰਨ ਇਹ ਅਸੀਸ ਮਿਲੇ ਕਿ ਸਤਿਗੁਰੂ ਤੇਰੇ ਅੰਮ੍ਰਿਤ ਤੋਂ ਵਾਂਝੇ ਨਾ ਰਹਿ ਜਾਈਏ। ਬਹੁਤ ਬਹੁਤ ਮੁਬਾਰਕ ਹੈ ਉਹਨਾਂ ਨੂੰ ਜਿਨ੍ਹਾਂ ਨੇ ਅੱਜ ਖੰਡੇ ਬਾਟੇ ਦੀ ਪੌਲ ਛਕੀ ਹੈ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਜਿਹੜੇ ਅਜੇ ਤੱਕ ਗੁਰੂ ਦੀ ਪੌਲ ਤੋਂ ਅੰਮ੍ਰਿਤ ਤੋਂ ਵਾਂਝੇ ਨੇ ਉਹ ਅਰਦਾਸ ਕਰੋ, ਸਤਿਗੁਰੂ ਕਿਰਪਾ ਕਰੋ, ਸਾਨੂੰ ਅਮਰ ਦੀ ਦਾਤ ਬਖਸ਼ਿਸ਼ ਕਰ ਦਿਓ। ਕੋਟਾਨਕੋਟ ਸ਼ੁਕਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਆਪ ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਬਹੁਤ ਏਕਾਗਰਚਿਤ ਹੋ ਕੇ ਸਾਹਿਬਾਂ ਦੀ ਪਾਵਨ ਬਾਣੀ ਗਾਇਨ ਅਤੇ ਸਰਵਣ ਕੀਤੀ ਹੈ। ਇਹ ਸਾਰਾ ਹੀ ਪ੍ਰੋਗਰਾਮ ਸਿੱਖ ਇਨਸਾਈਡ 'ਤੇ ਲਾਈਵ ਪੂਰੀ ਦੁਨੀਆ ਵਿੱਚ ਚੱਲ ਰਿਹਾ, ਪੂਰੀ ਦੁਨੀਆ ਲਾਹਾ ਲੈ ਰਹੀ ਹੈ। ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਮੇਰ ਕਰਨ ਆਉਣ ਵਾਲਾ ਪ੍ਰੋਗਰਾਮ ਬਹੁਤ ਸੁਹਾਵਣਾ, ਬਹੁਤ ਹੀ ਰਸਪਨਾ ਹੈ। ਸਿੱਖ ਕੌਮ ਦੇ ਮਹਾਨ ਕੀਰਤਨੀ ਹੈ ਸਾਡੇ ਸਾਰਿਆਂ ਦੇ ਹੀ ਅਜ਼ੀਜ਼ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਰਿਆੜ। ਬਹੁਤ ਰਹਿਮਤ ਹੈ ਸਤਿਗੁਰੂ ਜੀ ਦੀ, ਖਾਲਸਾ ਮੇਰੀ ਜਾਨ ਕੀ ਜਾਨ। ਦਾਸ ਨੇ ਵੀ ਸ਼ਬਦ ਪੜ੍ਹਿਆ ਹੈ, ਪਰ ਜੋ ਇਹ ਆਨੰਦ ਬਣਾਉਂਦੇ ਨੇ ਉਹ ਇਹਨਾਂ ਨੂੰ ਸੋਭਦਾ ਹੈ। ਸਤਿਗੁਰੂ ਮੇਰ ਕਰਨ ਇਹਨਾਂ ਪਾਸੋਂ ਇਹ ਵੀ ਸ਼ਬਦ ਅਸੀਂ ਸਰਵਣ ਕਰਨਾ ਹੈ। ਆਓ ਬਹੁਤ ਪਿਆਰ ਦੇ ਨਾਲ ਉਹਨਾਂ ਪਾਸੋਂ ਕੀਰਤਨ ਸਰਵਣ ਕਰੋ। ਅਸੀਸਾਂ ਬਖਸ਼ ਦੇ ਗੱਜ ਵੱਜ ਕੇ ਫਤਿਹ ਬੁਲਾ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।